ਸਮਾਣਾ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਜਿਹੜੇ ਲੋਕ ਬਿਨਾਂ ਕਾਗਜ਼ਾਤ ਕੇ ਵਾਹਨ ਚਲਾਉਂਦੇ ਉਹਨਾਂ ਦੇ ਖਿਲਾਫ਼ ਲਗਾਤਾਰ ਮੂਹਮ ਛੇੜੀ ਹੋਈ ਹੈ ਤਾਂ ਕਿ ਕੋਈ ਸੜਕ ਹਾਦਸੇ ਨਾ ਹੋ। ਉਸ ਨੂੰ ਲੈ ਕੇ ਹਰ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ। ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਦੇ ਨਜ਼ਦੀਕ ਅਸੀਂ ਖੜ੍ਹੇ ਹਾਂ। ਬੱਸ ਸਟੈਂਡ ਦੇ ਨਜ਼ਦੀਕ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੇਵਕ ਸਿੰਘ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਿਹੜੀ ਹਰ ਮੋਟਰਸਾਈਕਲ ਸਵਾਰ ਹੈ ਉਸਦੀ ਚੈਕਿੰਗ ਕੀਤੀ ਜਾ ਰਹੀ ਹੈ। ਜੇ ਉਹਨਾਂ ਕੋਲ ਕੋਈ ਕਾਗਜ਼ਾਤ ਨਹੀਂ ਹੈ ਤਾਂ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਜਿਹੜੇ ਇਹ ਨੋ ਪਾਰਕਿੰਗ ਕਰਕੇ ਵੀ ਦੇਖੋ ਤੁਸੀਂ ਸੜਕ ਦੇ ਉੱਤੇ ਇਹ ਗੱਡੀਆਂ ਇੱਧਰ ਸੜਕ ਦੇ ਕਿਨਾਰੇ ਖੜ੍ਹੇ ਕਰ ਦਿੰਦੇ, ਉਹਦੇ ਨਾਲ ਟ੍ਰੈਫਿਕ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਉਸ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਸਮਾਣਾ ਲਗਾਤਾਰ ਐਕਸ਼ਨ 'ਚ ਹੈ। ਪਤਾ ਹੀ ਹੈ ਵੀ ਜੋ ਨਵੇਂ ਕਾਨੂੰਨ ਆਏ ਨੇ ਜੀ ਉਸ ਹਿਸਾਬ ਦੇ ਨਾਲ ਜਿਵੇਂ ਆ ਬੁਲਟ ਪਟਾਕੇ ਮਾਰਦੇ ਟ੍ਰਿਪਲ ਰਾਈਡਿੰਗ ਅਤੇ ਆ ਬੱਚੇ ਨੇ ਜਿਹੜੇ ਵੀ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣ ਦੂਸਰੇ ਨਹੀਂ ਚਲਾ ਸਕਦੇ, ਤੁਹਾਨੂੰ ਪਤਾ ਹੀ ਹੈ ਜੀ ਇਹਦੇ ਬਾਰੇ 18 ਸਾਲ ਤੋਂ ਘੱਟ ਉਮਰ ਦੇ ਜੀ, ਅਤੇ ਕਈਆਂ ਨੂੰ ਹੁਣ ਦੇਖੋ ਹੈ ਹੀ ਨਹੀਂ, ਨੰਬਰ ਹੀ ਨਹੀਂ ਲੱਗਿਆ ਹੋਇਆ ਕਈ ਇੱਕ ਦੋ ਮੋਟਰਸਾਈਕਲ 'ਤੇ, ਆ ਪਟਾਕੇ ਮਾਰਦਾ ਸੀ ਬੁਲਟ ਇਹ ਬੰਦ ਕਰਿਆ ਜੀ। ਹਾਂਜੀ ਉਹਨਾਂ ਕੋਲ ਕਾਰਵਾਈ ਕਰ ਰਹੇ ਹਾਂ ਜੀ। ਹਾਂਜੀ ਬੰਦ ਕਰ ਦਿੰਦੇ ਹਾਂ ਮੋਟਰਸਾਈਕਲ, ਉਹਦੇ ਖਿਲਾਫ਼ ਕਾਰਵਾਈ ਹੋ ਰਹੀ ਹੈ ਜੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।